फगवाड़ा के मॉडल टाउन बिजली घर कुछ औरतों वालों पुराने मीटर चोरी करने की घटना सामने आई है। दस दई कि उक्त चार महिलावां वालों बिजली घर च लगी खिड़की पट के पुराने मीटर चोरी किए गए, जिन्हां दे विचों दो औरतों नूं काबू कर लिया गया अते दो मौके तो फरार हो गई। जानकारी दिंदे बिजली विभाग के कर्मचारी ने दस्सिया कि वह दफ्तर दे विच ड्यूटी ते मौजूद सी तां उसनूं कुछ खड़का होण दी आवाज़ आई। जदों उसदे वल्लों बाहर निकल के देखा गया तां चार औरतां सिर ते बोरे चक के जा रहियां सी। जदों बोरे खुलवा के देखा गया तां उन्हां दे विचों काफ़ी गिणती च पुराने मीटर बरामद हुए, जिस तो बाद कर्मचारी वालों पुलिस को सूचित किया गया और दो औरतों को काबू कर लिया गया, जबकि बाकी दो औरतें मौके तो फरार हो गई। हाँ जी भाई, की नाम अपना जी? प्रिंस है जी मेरा नाम। प्रिंस जी, की मामला जेड़ा आ अज मीटरां नूं लैके रौला पिया? सर मैं इधर ड्यूटी दा सीगा, लंबा उत्थे बैठा सीगा ते मैनूं इधर आवाज आई, मैं उठ के देखिया तां मैनूं कोई नहीं दिखिया, मैं फिर आके बह गया। उहदे बाद विच उह चार जणियां उत्थे लेडी जांदियां पईआं, उन्होंने सिर पर बोरे से, मैं इन्होंने कोई ना कोई काम किया। मैं मुड़ के उन्होंने मगर चले गया, जाके मैं उन्होंने कहा भी बोरे दिखाओ, उन्होंने नहीं दिखाए, अगे दौड़ पी। मैं एक दो दे मगर लग गया तो उन्होंने मैं कहा इन्होंने बुरे सिट थले दिखा, वो सिट के दौड़ पी। फिर मैं एक दे मगर लगा रहा, उन्होंने मैं वो जी डी रोड के उत्ते जाके फड़िया, फड़ के मैं उन्होंने पूछा, वो एक होर आ गई, उन्होंने कहती है भी दस भी तेन ये मन नाल है तेरे, ਉਹ ਸਾਫ ਸਾਫ ਮੁੱਕਰ ਗਈ, ਕਹਿੰਦੀ ਮੈਂ ਇਹਦੇ ਨਾਲ ਨਹੀਂ। ਬੋਰੇ ਦੇ ਵਿੱਚ ਕੀ ਸੀ ਉਹ, ਤੁਸੀਂ ਬੋਰਾ ਦੇਖਿਆ? ਬੋਰੇ ਦੇ ਵਿੱਚ ਮੀਟਰ ਪਏ ਸੀ। ਕਿੰਨੇ ਕੁ ਮੀਟਰ ਸੀ? ਮੀਟਰ ਮੇਰੇ ਹਿਸਾਬ ਨਾਲ ਹੁਣ ਆਈਆਂ 40-50 ਮੀਟਰ ਇੱਕ ਬੋਰੇ 'ਚ ਹੈਗੇ ਸੀ। ਕਿੰਨੇ ਬੋਰੇ ਲੈ ਕੇ ਗਈਆਂ? ਚਾਰ ਬੋਰੇ ਸੀਗੇ ਔਰ ਚਾਰਾਂ ਦੇ ਕੋਲ ਇੱਕ ਇੱਕ ਬੋਰਾ ਸੀਗਾ, ਇੱਕ ਨੇ ਇਕੱਲਾ ਖਾਲੀ ਬੈਗ ਫੜਿਆ ਸੀਗਾ ਬੋਰਾ ਜਿਹੜਾ। ਤੁਹਾਨੂੰ ਬਰਾਮਦ ਇੱਕ ਬੋਰਾ ਹੋਇਆ? ਇੱਕ ਬੋਰਾ ਹੋਇਆ, ਬਾਕੀ ਦੋ ਉੱਥੇ ਜਿਹੜੇ ਸਿੱਟੇ ਸੀ ਉਹ ਮੈਂ ਦੇਖ ਕੇ ਆਇਆ, ਉਹ ਨਹੀਂ ਹੈਗੇ ਉੱਥੇ। ਤੇ ਇਸ ਸੰਬੰਧੀ ਤੁਸੀਂ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਦੱਸ ਦਿੱਤਾ? ਅਸੀਂ ਉਹਨਾਂ ਨੂੰ ਫੋਨ ਕਰਕੇ ਦੱਸ ਦਿੱਤਾ। ਤਿੰਨ ਬੋਰੇ ਉਹ ਲੈ ਗਈਆਂ? ਹਾਂਜੀ, ਮੌਕੇ ਤੇ ਸੱਦ ਲਿਆ ਸੀ ਤੇ ਉਹਨੂੰ ਫੜਾਤਾ ਜੀ, ਮੁੜ ਕੇ ਪੁਲਿਸ ਵਾਲੇ ਨੇ ਆ ਕੇ ਲੈ। ਤਿੰਨ ਬੋਰੇ ਲੈ ਗਈਆਂ? ਤਿੰਨ ਬੋਰੇ ਲੈ ਗਈਆਂ। ਘਟਨਾ ਸੰਬੰਧੀ ਐਸਡੀਓ ਮਾਡਲ ਟਾਊਨ ਰਾਜਕੁਮਾਰ ਨੇ ਦੱਸਿਆ ਕਿ ਉਹਨਾਂ ਵੱਲੋਂ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਗਈ ਹੈ ਅਤੇ ਪੁਲਿਸ ਵੱਲੋਂ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਇੱਥੇ ਪੰਜਾਬ ਰਾਜ ਬਿਜਲੀ ਬੋਰਡ 'ਚ ਕੰਮ ਕਰ ਰਹੇ ਸੀ ਅਤੇ ਇੱਥੋਂ ਇਤਲਾਹ ਮਿਲੀ, ਮੇਰਾ ਇੱਕ ਮੁਲਾਜ਼ਮ ਦਫ਼ਤਰ 'ਚ ਸੀਗਾ ਅਤੇ ਉਹਨੇ ਦੇਖਿਆ ਕਿ ਇੱਥੇ ਚਾਰ ਪੰਜ ਜਿਹੜੇ ਅਣਪਛਾਤੇ ਔਰਤਾਂ ਸੀਗੀਆਂ, ਉਹ ਜਿਹੜਾ ਸਮਾਨ ਸਮੂਨ ਮਤਲਬ ਉਠਾਉਂਦੀਆਂ ਹੈਗੀਆਂ, ਉਹ ਆਈਆਂ ਸਾਡੇ ਦਫ਼ਤਰ 'ਚੋਂ, ਉਹਨਾਂ ਨੇ ਮੀਟਰਾਂ ਦੇ ਭਰੇ ਹੋਏ ਬੋਰੇ ਜਿਹੜੇ ਉਹ ਉਠਾਏ ਹੋਏ ਅਤੇ ਲੈ ਕੇ ਜਾ ਰਹੀਆਂ ਸੀ। ਉਹਨੂੰ ਇੱਕਦਮ ਸ਼ੱਕ ਪੈਣ 'ਤੇ ਉਸਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਉਹ ਜਦਕਿ ਉਹ ਦੌੜਨਾ ਸ਼ੁਰੂ ਕਰ ਦਿੱਤਾ ਉਹਨਾਂ ਨੇ। ਉਸ ਲੜਕੇ ਨੇ ਵੀ ਉਹਨਾਂ ਦਾ ਪਿੱਛਾ ਕਰਦੇ ਹੋਏ ਦੇਖਿਆ ਦੋ ਜਣੀਆਂ ਨੂੰ, ਉਹ ਮਤਲਬ ਆਪਣੇ ਸਮਾਨ ਦੇ ਬੋਰੇ ਜਿਹੜੇ ਛੱਡ ਕੇ ਦੌੜ ਗਈਆਂ ਸੀਗੀਆਂ ਅਤੇ ਉਹਨਾਂ ਦਾ ਪਿੱਛਾ ਕਰਨ ਤੋਂ ਬਾਅਦ ਉਹਨੂੰ ਰੋਕਿਆ ਗਿਆ ਅਤੇ ਪੁਲਿਸ ਨੂੰ ਇਤਲਾਹ ਕਰਦੀ, ਨਾਲ ਹੀ ਨਾਲ ਉਹ ਪੁਲਿਸ ਨੂੰ ਇਤਲਾਹ ਕਰਦਾ ਰਿਹਾ, ਪੁਲਿਸ ਨੂੰ ਇਤਲਾਹ ਕੀਤੀ, ਪੁਲਿਸ ਵੀ ਮੌਕੇ 'ਤੇ ਪਹੁੰਚ ਕੇ ਉਹਨਾਂ ਨੇ ਉਹ ਦੋ ਜਿਹੜੀਆਂ ਜਨਾਨੀਆਂ ਸੀ ਉਹਨਾਂ ਨੂੰ ਪਕੜ ਲਿਆ। ਕਿੰਨੇ ਕੁ ਮੀਟਰ ਲੈ ਕੇ ਗਈਆਂ? ਕੁਛ ਅਪਰੋਕਸੀਮੇਸ਼ਨ ਤਾਂ ਹਾਲੇ ਮਤਲਬ ਹੁਣ ਚੈੱਕ ਕਰਕੇ ਹੀ ਦੱਸਿਆ ਜਾਏਗਾ। ਇਹ ਇੱਕ ਬੋਰਾ ਜਿਹੜਾ ਉਹਨਾਂ ਨੇ ਸੁੱਟਿਆ ਹੋਇਆ ਸੀ ਉਹ ਸਾਡੇ ਕੋਲ ਆ ਗਿਆ, ਬਾਕੀ ਜਿਹੜੇ ਬੋਰੇ ਉਹ ਉਠਾ ਕੇ ਲੈ ਕੇ ਗਈਆਂ, ਗਿਣਤੀ ਕਰਕੇ ਦੱਸਿਆ ਜਾਏਗਾ ਕਿੰਨਾ ਸਮਾਨ ਦਾ ਨੁਕਸਾਨ ਕੀਤਾ ਉਹਨਾਂ ਨੇ। ਪੁਲਿਸ ਨੂੰ ਇਤਲਾਹ ਕਰ ਦਿੱਤੀ ਹੈ, ਲਿਖਤੀ ਰੂਪ 'ਚ ਵੀ ਉਹਨਾਂ ਨੂੰ ਆਪਾਂ ਭੇਜ ਰਹੇ ਹਾਂ ਜੀ। ਅਸੀਂ ਮੰਗ ਕਰਦੇ ਹਾਂ ਕਿ ਜਿਹੜਾ ਬਿਜਲੀ ਬੋਰਡ ਦਾ ਜਿਹੜਾ ਨੁਕਸਾਨ ਹੋਇਆ ਉਸ ਦੀ ਭਰਪਾਈ ਜਿਹੜੀ ਹੈ ਪੁਲਿਸ ਜਲਦੀ ਤੋਂ ਜਲਦੀ ਕਰਵਾਏ ਅਤੇ ਇਹਨਾਂ ਦੇ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਕਿ ਉਹਨਾਂ ਵੱਲੋਂ ਸੂਚਨਾ ਮਿਲਣ ਤੇ ਦੋ ਔਰਤਾਂ ਨੂੰ ਚੋਰੀ ਦੇ ਸਮਾਨ ਸਮੇਤ ਹਿਰਾਸਤ 'ਚ ਲੈ ਲਿਆ ਗਿਆ ਅਤੇ ਇਹਨਾਂ ਦੇ ਨਾਲ ਦੀਆਂ ਦੋ ਔਰਤਾਂ ਜੋ ਕਿ ਮੌਕੇ ਤੋਂ ਫਰਾਰ ਹੋ ਗਈਆਂ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਐਸਡੀਓ ਵੱਲੋਂ ਦਿੱਤੀ ਸ਼ਿਕਾਇਤ ਦੇ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ। ਅੱਜ ਫੜੀਆਂ ਇਹ? ਹਾਂਜੀ ਹਾਂਜੀ, ਇਹ ਮੈਂ ਡਿਊਟੀ ਅਫਸਰ ਤੇ ਨਾਲ ਸੀਗਾ, ਸਾਨੂੰ ਇੱਕ ਫੋਨ ਆਇਆ ਵੀ ਕੁਛ ਔਰਤਾਂ ਬਿਜਲੀ ਦਾ ਸਮਾਨ ਚੋਰੀ ਕਰਦੀਆਂ ਫੜੀਆਂ ਵਾ ਬਿਜਲੀ ਦਫ਼ਤਰ ਦੇ ਲਾਗੇ। ਅਸੀਂ ਮੌਕੇ 'ਤੇ ਮੈਂ ਲੇਡੀ ਕਾਂਸਟੇਬਲ ਲੈ ਕੇ ਮੌਕੇ 'ਤੇ ਪੁੱਜਾ ਵਾਂ, ਉੱਥੋਂ ਦੋ ਲੇਡੀ ਉਹਨਾਂ ਨੂੰ ਔਰਤਾਂ ਨੂੰ ਲੈ ਆਉਂਦਾ ਵਾ, ਉਹਨਾਂ ਕੋਲ ਜਿਹੜਾ ਕੁਛ ਮੀਟਰ ਬਰਾਮਦ ਕਰ ਲਿਆ ਅਤੇ ਕੁਛ ਇਹਨਾਂ ਦੇ ਨਾਲ ਦੀਆਂ ਔਰਤਾਂ ਜਿਹੜੀਆਂ ਭੱਜ ਗਈਆਂ ਵਾ। ਬਿਜਲੀ ਐਸ ਡੀ ਓ ਸਾਹਿਬ ਨੇ ਸਾਨੂੰ ਦਰਖਾਸਤ ਦਿੱਤੀ ਆ, ਉਹਦੇ ਆਧਾਰ 'ਤੇ ਅਸੀਂ ਕਾਰਵਾਈ ਕਰ ਰਹੇ ਹਾਂ। ਕਿੰਨੀਆਂ ਔਰਤਾਂ ਦੱਸੀਆਂ ਜਾ ਰਹੀਆਂ? ਇਹਦੇ ਨਾਲ ਦੋ ਕੁ ਹੋਰ ਸੀਗੀਆਂ ਜਿਹੜੀਆਂ ਕਿਤੇ ਉੱਥੇ ਮੌਕੇ ਤੋਂ ਭੱਜ ਗਈਆਂ ਅਤੇ ਕੀ ਇਹਨਾਂ ਕੋਲ ਕੋਈ ਸਮਾਨ ਬਰਾਮਦ ਹੋਇਆ? ਚੋਰੀ ਕੁਛ ਪੁਰਾਣੇ ਮੀਟਰ ਬਰਾਮਦ ਹੋਏ ਆ ਜੀ। ਅਤੇ ਕੀ ਇਹ ਕਿੱਦਾਂ ਅੰਦਰ ਕੋਈ ਤਾਲਾ ਤੁਲਾ ਤੋੜ ਕੇ ਗਈਆਂ ਸੀ ਜਾਂ ਦਰਵਾਜ਼ੇ ਟਾਕੀ ਪੱਟ ਕੇ ਗਏ ਸੀ? ਨਹੀਂ, ਦਰਵਾਜ਼ੇ ਦੇ ਦਰਵਾਜ਼ੇ ਗਏ, ਟਾਕੀ ਰਾਹੀਂ ਕੋਈ ਹੈਗੀ ਸੀ ਉੱਥੋਂ ਦੀ ਗਈਆਂ। ਅਤੇ ਕੀ ਬਿਜਲੀ ਬੋਰਡ ਵੱਲੋਂ ਕੋਈ ਸ਼ਿਕਾਇਤ ਆ ਗਈ? ਹਾਂਜੀ ਹਾਂਜੀ, ਐਸ ਡੀ ਓ ਸਾਹਿਬ ਨੇ ਦਰਖਾਸਤ ਦਿੱਤੀ ਆ ਅਤੇ ਉਹਦੇ ਆਧਾਰ 'ਤੇ ਕਾਰਵਾਈ ਕਰ ਰਹੇ ਹਾਂ। ਫਗਵਾੜਾ ਤੋਂ ਰਮੇਸ਼ ਲਾਲ ਦੀ ਰਿਪੋਰਟ।
All World Open Challenge 17 time gold medalist Mia Rafiq Mohammed Pandit Maulvi Begum Tantrik inna chora thagga to savdan specialist Vashikaran Satta number love marriage pati patni ch anban videsh ch pakka hona karobar da na chalna sirf 31 ghantiyan vich samadhan free Mia Rafiq Mohammed mobile 84374 94 देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स।